ਪੁਸਤਕ ਅੰਬਰ ਕਾਲਾ ਇਤਬਿਤ ਹੋਇਆ ਦੀ ਕਹਾਣੀ ਫਰੀ ਹੈਂਡ ਲੇਖਕ ਚੰਦਨ ਨੇਗੀ। ਅੰਮ੍ਰਿਤਸਰ ਸਟੇਸ਼ਨ 'ਤੇ ਖਲੋਤੀ ਡੀਲਕਸ ਗੱਡੀ ਦੀ ਪਹਿਲੀ ਚੀਕ ਨਾਲ ਰਿਜ਼ਰਵ ਸੀਟਾਂ ਵਾਲਾ ਡੱਬਾ ਵੀ ਖਚਾ ਖਚ ਭਰ ਗਿਆ। ਚਾਰ ਸੀਟਾਂ ਵਾਲੀਆਂ ਬਰਥਾਂ ਉੱਤੇ ਪੂਰੇ 16 ਗੋਡੇ ਨਾਲੋਂ ਨਾਲ ਜੁੜ ਗਏ। ਸੀਟਾਂ ਵਾਲੇ ਕੁਝ ਬੋਲੇ, ਕੁਝ ਆਰਾਮ ਨਾਲ ਸਰਕੇ, ਭੀੜ ਨਾਲ ਤੁੰਨਿਆ ਡੱਬਾ ਅਤੇ ਕੁਝ ਲੋਕ ਖੱਪ ਮਚਾਉਂਦੇ ਉਤਲੀਆਂ ਸੀਟਾਂ ਉੱਤੇ ਵੀ ਜਾ ਬੈਠੇ। ਛੋਟੇ ਜਨਾਨਾ ਡੱਬੇ ਦੇ ਬਾਹਰ ਬੈਠੇ ਲਾਲ ਦਾੜ੍ਹੀ ਵਾਲੇ ਬੁੱਢੇ ਮੀਆਂ ਨੂੰ ਨਸਵਾਰੀ ਬੁਰਕੇ ਵਾਲੀ ਔਰਤ ਨੇ ਆਸ ਪਾਸ ਦੀਆਂ ਸਵਾਰੀਆਂ ਤੋਂ ਪੁੱਛ ਅੰਦਰ ਹੀ ਬੁਲਾਇਆ। ਬੁੱਢੇ ਮੀਆਂ ਨੇ ਛਾਤੀ ਉੱਤੇ ਹੱਥ ਰੱਖ ਲੰਮਾ ਸਾਹ ਖਿੱਚਿਆ। ਬਾਹਰਲੀ ਭੀੜ 'ਚ ਉਹਦਾ ਦਮ ਘੁੱਟੀਣ ਲੱਗਾ ਸੀ। ਮਹਿੰਦੀ ਰੰਗੀ ਲਾਲ ਦਾੜ੍ਹੀ, ਕਾਲੀ ਟੋਪੀ 'ਚੋਂ ਮੋਢਿਆਂ ਤੀਕ ਪਲਮ ਦੀਆਂ ਲਾਲ ਲਿੱਟਾਂ, ਨੱਕ ਦੀ ਘੋੜੀ ਤੋਂ ਹੇਠਾਂ ਢਿਲਕੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਦੀ ਕਾਠੀ, ਵਰਿਆਂ ਦੀ ਨੌਂਦਰਾਂ ਦਾ ਤਰੁੰਡਿਆ ਜਿਸਮ, ਚਿੱਟੇ ਪਜਾਮੇ 'ਚੋਂ ਬਾਹਰ ਵੱਲ ਉੱਭਰੀਆਂ ਗੋਡਿਆਂ ਦੀਆਂ ਹੱਡੀਆਂ, ਕਾਲਾ ਲੰਮਾ ਕੋਟ, ਬਾਂਹ ਨਾਲ ਲਟਕੀ ਇੱਕ ਗੁੱਥੀ ਅਤੇ ਤਸਵੀ ਫੇਰਦਾ ਗੋਡੇ ਢਿੱਡ ਨਾਲ ਜੋੜ ਇੱਕ ਨੁੱਕਰ 'ਚ ਬੈਠ ਗਿਆ। ਗੱਡੀ ਦੀ ਦੂਜੀ ਚੀਕ ਨਾਲ ਜਨਾਨਾ ਡੱਬੇ ਦੇ ਬੂਹੇ ਕੋਲ ਭੀੜ 'ਚੋਂ ਸਿਰਾਂ ਦੀ ਲਹਿਰ ਉੱਠੀ ਅਤੇ ਕਿੰਨੇ ਹੀ ਲੋਕ ਡਿੱਗਦੇ ਢਹਿੰਦੇ ਬਚਦੇ ਅੰਦਰ ਆ ਵੜੇ। ਜਨਾਨਾ ਸਵਾਰੀਆਂ ਉੱਕੜੂ ਹੋ ਕੇ ਬੈਠੀਆਂ ਇੱਕ ਦੂਜੀ ਵੱਲ ਵੇਖ ਮੂੰਹ ਮੱਥਾ ਸੁਕੇੜਿਆ। ਪੈਰ ਧਰਦੇ ਧਰਦੇ ਭੀੜ ਨੇ ਸਾਰਾ ਡੱਬਾ ਮੜ ਲਿਆ। ਤਸਵੀਰ ਫੇਰਦੇ ਮੀਆਂ ਜੀ ਦਾ ਹੱਥ ਵੀ ਤੰਗ ਹੋ ਗਿਆ। ਯਾ ਅੱਲਾ ਕਹਿੰਦੇ ਉਸ ਲੰਮਾ ਸਾਹ ਭਰਿਆ। ਭੀੜ ਭੜੱਕੇ ਦੀ ਲਹਿਰ ਦੇ ਸਿਰ ਕੁਝ ਸੀਟਾਂ 'ਤੇ ਅੜ ਗਏ, ਕੁਝ ਉਤਲੀਆਂ ਬਰਥਾਂ 'ਤੇ ਚੜ੍ਹ ਗਏ, ਕੁਝ ਹੇਠ ਪਏ ਸਮਾਨ 'ਤੇ ਸੱਟ ਗਏ। ਯਾ ਅੱਲਾ ਦੀ ਆਵਾਜ਼ ਨਾਲ ਸਾਰਿਆਂ ਦੀ ਗੱਲਬਾਤ ਮੀਆਂ ਜੀ ਦੁਆਲੇ ਉਲਝ ਗਈ। ਕਿੱਥੋਂ ਆਏ ਮੀਆਂ ਜੀ, ਕਿਬਲਾ? ਇੱਕ ਨੇ ਜੁੜੇ ਗੋਡਿਆਂ ਉੱਤੇ ਬਰੀਫ ਕੇਸ 'ਚੋਂ ਤਾਸ਼ ਕੱਢਦੇ ਪੁੱਛਿਆ। ਇੱਕ ਹੋਰ ਆਵਾਜ਼ ਉਭਰੀ, ਛੱਡ ਪਰਾਂ ਯਾਰ, ਕਿੰਨੀਆਂ ਨਹੀਂ ਲੈ, ਕਦੇ ਕੋਈ ਹੋਰ ਵੀ ਲੈ ਆਇਆ ਕਰੋ ਤਾਸ਼। ਕੱਢਦੇ ਆਦਮੀ ਨੇ ਮੂੰਹ ਸੁਜਾ ਕੇ ਕਿਹਾ, ਲੈ ਬਈ, ਅੱਜ ਤਾਂ ਆ ਗਿਆ ਆਨੰਦ। ਦੋ ਵੱਖੋ ਵੱਖ ਜੁੱਸਿਆਂ ਦੇ ਹੱਥਾਂ ਦੀ ਤਾੜੀ ਨਾਲ ਜ਼ੋਰ ਦੀ ਪਟਾਕਾ ਵੱਜਿਆ। ਇੱਕ ਹੋਰ ਨੇ ਕੋਟ ਦੀਆਂ ਜੇਬਾਂ 'ਚੋਂ ਦੋਵੇਂ ਹੱਥ ਬਾਹਰ ਕੱਢੇ, ਫੂਕ ਮਾਰ ਦੋਹਾਂ ਦੀਆਂ ਤਲੀਆਂ ਮਲ ਕੇ ਗਰਮ ਕੀਤੀਆਂ। ਬਾਰੀ ਕੋਲ ਬੈਠੀ ਕੁੜੀ ਨੂੰ ਕਨਖੀਆਂ ਵੇਖਿਆ, ਗਲੇ ਨਾਲ ਲਪੇਟੇ ਰੰਗਦਾਰ ਡੱਬੀਆਂ ਵਾਲੇ ਮਫਲਰ ਨੂੰ ਗਰਦਨ ਦੁਆਲਿਓਂ ਖੋਲ ਫਿਰ ਲਪੇਟਿਆ। ਭੀੜ ਨਾਲ ਡੱਬੇ 'ਚੋਂ ਸਾਹ ਘੁੱਟਵੀਂ ਹਵਾੜ ਭਰੀ ਗਈ। ਕੁੜੀ ਨੇ ਬਾਰੀ ਦਾ ਅੱਧਾ ਕੁ ਸ਼ਟਰ ਖੋਲ ਤਾਜ਼ੀ ਹਵਾ ਦੇ ਲੰਮੇ ਲੰਮੇ ਸਾਹ ਭਰੇ। ਮਫਲਰ ਵਾਲੇ ਮੁੰਡੇ ਦੀ ਪਿੱਠ ਠੰਡੀ ਹਵਾ ਨਾਲ ਠਰੀ। ਉਹਨੇ ਪਿੱਛੇ ਮੁੜ ਕੇ ਵੇਖਦੇ ਕੁਝ ਕਹਿਣਾ ਚਾਹਿਆ, ਪਰ ਕੁੜੀ ਦੇ ਚਿਹਰੇ ਉੱਤੇ ਸਖਤ ਜਿਹਾ ਪ੍ਰਭਾਵ ਵੇਖ ਕੁਝ ਬੋਲ ਨਾ ਸਕਿਆ। ਟਿਕਟ ਚੈੱਕਰ ਨੇ ਕਿਸੇ ਦਾ ਪਾਸ ਵੇਖਿਆ, ਕਿਸੇ ਦਾ ਟਿਕਟ। ਰਿਜ਼ਰਵ ਸੀਟਾਂ ਵਾਲੇ ਜਨਾਨਾ ਛੋਟੇ ਡੱਬੇ ਨੂੰ ਮਰਦਾਂ ਮੁੰਡਿਆਂ ਨਾਲ ਤੂੜਿਆ ਵੇਖ ਕੇ ਵੀ ਉਸ ਕਿਸੇ ਨੂੰ ਕੁਝ ਨਾ ਕਿਹਾ। ਤਾਸ਼ ਫੈਂਟ ਦੇ ਬਾਬੂ ਕੋਲੋਂ ਉਸ ਟਿਕਟ ਮੰਗੀ। ਮੁੰਡੇ ਨੇ ਅੱਖਾਂ ਐਵੇਂ ਫੇਰੀਆਂ ਜਿਵੇਂ ਟਿਕਟ ਚੈੱਕ ਕਰਦਾ ਨਹੀਂ ਕਿਸੇ ਮੰਗਤੇ ਦਾ ਹੱਥ ਭੀਖ ਮੰਗਣ ਲਈ ਉਹਦੇ ਸਾਹਮਣੇ ਅੱਡਿਆ ਹੋਇਆ ਹੋਏ ਅਤੇ ਉਹ ਲਾਪਰਵਾਹੀ ਨਾਲ ਤਾਸ਼ ਫੈਂਟਦਾ ਰਿਹਾ। ਟਿਕਟ ਚੈੱਕਰ ਨੇ ਉਹਦੇ ਮੋਢੇ ਨੂੰ ਉਂਗਲੀ ਨਾਲ ਠਕੋਰਿਆ, ਟਿਕਟ, ਅਤੇ ਉਂਗਲੀ ਜਲਦੀ ਦੇ ਇਸ਼ਾਰੇ 'ਚ ਹਿਲਾਉਣ ਲੱਗਾ। DP ਅਤੇ ਤਾਸ਼ ਫੈਂਟ ਦੇ ਉਸ ਅੱਖਾਂ ਨੀਵੀਆਂ ਕਰ ਲਈ। ਕੀ? DSP? ਨਹੀਂ ਸਾਹਿਬ, DP। DP ਮੀਨਸ ਡੇਲੀ ਪੈਸੈਂਜਰ। ਸ਼ਾਇਦ ਉਸ ਕੋਲ ਟਿਕਟ ਨਹੀਂ ਸੀ। ਹਾਸੇ ਦਾ ਰਲਵਾਂ ਮਿਲਵਾਂ ਗੜਾਕਾ ਡੱਬੇ ਦੀਆਂ ਕੰਧਾਂ ਨਾਲ ਟਕਰਾ, ਬਾਰੀ 'ਚੋਂ ਬਾਹਰ ਗੱਡੀ ਦੇ ਸ਼ੋਰ 'ਚ ਲੋਪ ਹੋ ਗਿਆ। ਹਾਸੇ ਦੀ ਗੂੰਜ ਵਿੱਚ ਕੁੜੀ ਦੇ ਹਾਸੇ ਦੇ ਘੁੰਗਰੂ ਵੀ ਛਣਕੇ ਅਤੇ ਬੁੱਢੇ ਮੀਆਂ ਦੀ ਘਗਿਆਈ ਆਵਾਜ਼ ਦੇ ਟੱਲ ਵੀ।
ਟਿਕਟ ਚੈੱਕਰ ਵੀ ਛਿੱਥਾ ਜਿਹਾ ਪੈ ਚਲਾ ਗਿਆ। ਸ਼ਾਇਦ ਬਾਬੂਆਂ ਦੀ ਟੋਲੀ ਅੱਜ ਦੀ ਪੀੜ੍ਹੀ ਦੇ ਸ਼ਿਸ਼ਟਾਚਾਰ ਅਤੇ ਗਰਮ ਜੋਸ਼ੀ ਨਾਲ ਉਹਦਾ ਰੋਜ਼ ਦਾ ਵਾਹ ਸੀ। ਤਾਸ਼ ਫੈਂਟ ਦੇ ਮੁੰਡੇ ਦੀ ਛਾਤੀ ਜਿੱਤ ਦੇ ਅਹਿਸਾਸ ਨੇ ਹੋਰ ਚੌੜੀ ਫੈਲਾ ਦਿੱਤੀ। ਉਹਦੇ ਹੱਥ ਤਾਸ਼ ਫੈਂਟ ਦੇ ਹੋਰ ਜ਼ੋਰ ਨਾਲ ਚੱਲਣ ਲੱਗੇ। ਕਿੰਨੀਆਂ ਢੇਰੀਆਂ? ਉਸ ਆਲੇ ਦੁਆਲੇ ਉਂਗਲ ਫੇਰਦੇ ਖੇਡਣ ਵਾਲੇ ਸਾਥੀਆਂ ਦੇ ਝੁਰਮਟ ਨੂੰ ਗਿਣਿਆ। 13-13 ਪੱਤਿਆਂ ਦੀਆਂ 8 ਢੇਰੀਆਂ ਵੰਡੀਆਂ। ਕਾਗਜ਼ ਪੈੱਨ ਬਰੀਫ ਕੇਸ ਦੀ ਪਿੱਠ 'ਤੇ ਸੱਜ ਗਏ। ਮਫਲਰ ਵਾਲੇ ਮੁੰਡੇ ਨੇ ਪੱਤੇ ਜੋੜਦੇ ਗਰਦਨ ਭੁਆ ਕੇ ਪਿੱਛੇ ਬੈਠੀ ਕੁੜੀ ਵੱਲ ਦੇਖਿਆ। ਮਜ਼ਾ ਆ ਜਾਏ ਯਾਰ, ਜੇ ਜੋਕਰ ਗੁਲਾਮ ਨਿਕਲੇ ਅਤੇ ਪਪਲੂ ਹੋਏ ਮੇਮ। ਯਾਰਾਂ ਦੇ ਹੱਥ 'ਚ ਫਿਰ ਤਰੇ ਤਰੇ ਮੇਮਾਂ। ਉਸ ਤਿਰਛੀ ਨਜ਼ਰ ਕੁੜੀ 'ਤੇ ਸੁੱਟੀ ਅਤੇ ਪਾਨ ਦੀ ਮੇਮ ਦੇ ਪੱਤੇ ਨੂੰ ਚੁੰਮ ਗਲੇ ਨਾਲ ਲਾ ਲਿਆ। ਬਕਵਾਸ ਨਹੀਂ ਕਰ, ਕੱਢ ਜੋਕਰ। ਤਾਸ਼ ਫੈਂਟ ਦੇ ਮੁੰਡੇ ਨੇ ਬਾਕੀ ਪੱਤਿਆਂ ਦੀ ਢੇਰੀ ਜ਼ੋਰ ਨਾਲ ਬਰੀਫ ਕੇਸ 'ਤੇ ਰੱਖਦੇ ਗਿਆ। ਹੁਕਮ ਦਾ ਗੁਲਾਮ, ਉਹ ਉੱਛਲ ਪਿਆ। ਵੇਖੀ ਯਾਰ ਦੀ ਕਿਸਮਤ, ਫਰੀ ਹੈਂਡ ਤਾਂ ਹੋਇਆ ਸਮਝੋ। ਉਸ ਚੁਟਕੀ ਵਜਾਉਂਦੇ ਕੁੜੀ ਵੱਲ ਇਸ਼ਾਰਾ ਕੀਤਾ। ਸੁੱਟੋ ਵੀ ਯਾਰੋ ਹੁਣ ਪੱਤਾ, ਹੋਰ ਅੱਧਾ ਘੰਟਾ ਬਾਕੀ ਹੈ। ਗੋਡਿਆਂ ਉੱਤੇ ਪਏ ਬਰੀਫ ਕੇਸ ਉੱਤੇ ਕਿੰਨੀਆਂ ਹੀ ਅੱਖਾਂ ਦੇ ਜੋੜੇ ਚਿਮੜ ਗਏ। ਬੂਹੇ ਅੱਗੇ ਸਿਰਾਂ ਦੀ ਕੰਧ ਉੱਤੇ ਕੰਧ ਚੜ੍ਹ ਗਈ। ਉਤਲੀਆਂ ਬਰਥਾਂ ਉੱਤੇ ਬੈਠੇ ਵੀ ਆਪੋ ਆਪਣੀ ਸਲਾਹ ਦਿੰਦੇ ਰਹੇ। ਕੋਈ ਪੱਤਾ ਸੁੱਟ ਪਛਤਾਉਣ ਲੱਗਦਾ, ਕੋਈ ਚੁੰਮ ਕੇ ਸਰਾਂ ਨਾਲ ਰਲਾ ਇੰਨਾ ਖੁਸ਼ ਹੁੰਦਾ ਜਿਵੇਂ ਸਾਰੀ ਜ਼ਿੰਦਗੀ ਖੁਸ਼ੀ ਦਾ ਦਾਰੋ ਮਦਾਰ ਢੇਰੀ ਉਤਲਾ ਹੱਥ 'ਚ ਆਇਆ ਪੱਤਾ ਹੀ ਹੋਏ। ਇੱਕ 'ਚ ਤਿੱਸਰ ਜਾਂ ਰਾਊਂਡ 'ਚ ਨਿਕਲਿਆ ਫਾਲਤੂ ਪੱਤਾ ਦੂਜੇ ਰਾਊਂਡ ਦੀ ਸੁੱਚੀ ਰਾਊਂਡ 'ਚ ਲੱਗਦਾ। ਬਾਜੀ ਜਿੱਤਣ ਦਾ ਵਸੀਲਾ, ਇੱਕ ਬਾਜੀ ਦੂਜੀ ਅਤੇ ਤੀਜੀ ਤੋਂ ਬਾਅਦ ਜਲੰਧਰ ਮਾਲਟਾਉਣ ਦੀਆਂ ਕੋਠੀਆਂ ਗੱਡੀ ਦੀ ਦੌੜ ਤੋਂ ਪਿੱਛੇ ਰਹਿ ਗਈਆਂ। ਪਹਿਲੇ ਕਰੋਸਿੰਗ ਤੋਂ ਹੀ ਗੱਡੀ ਦੀ ਚਾਲ ਧੀਮੀ ਹੋ ਗਈ। ਤਾਸ਼ ਦੇ ਪੱਤਿਆਂ ਅਤੇ ਹੱਥਾਂ ਵਿੱਚ ਵੀ ਹਲਚਲ ਮੱਚ ਗਈ। 2-4 ਰੁਪਿਆਂ ਦੀਆਂ ਵੱਟਦੀਆਂ ਜੇਬਾਂ, ਹਿਸਾਬ ਕਿਤਾਬ ਗੱਡੀ ਦੀ ਰੁੱਖੀ ਚਾਲ ਨਾਲ ਖਤਮ ਹੋ ਗਿਆ। ਤਾਸ਼ 'ਚ ਸਿੱਟੇ ਕੁਝ ਸਿਰ ਸਟੇਸ਼ਨ 'ਤੇ ਦੌੜਦੀ ਭੀੜ 'ਚ ਰਲ ਗਏ। ਸਟੇਸ਼ਨ ਤੋਂ ਨਵੇਂ ਚਿਹਰਿਆਂ ਦੀ ਭੀੜ, ਕੁਝ ਹੱਥ ਹਿੱਲੇ ਜਨਾਨਾ, ਛੋਟੇ ਡੱਬੇ ਵਿੱਚ ਵੀ ਨਵੀਂ ਜੁੰਡਲੀ, ਨਵੀਆਂ ਆਵਾਜ਼ਾਂ, ਨਵੀਂ ਹਲਚਲ, ਨਵੀਂ ਕਾਵਾਂ ਰੌਲੀ, ਕੁਝ ਨਵੇਂ ਕੁਝ ਪੁਰਾਣੇ ਹੱਥਾਂ 'ਚ ਤਾਸ਼ ਫਿਰ ਜੁੜ ਗਈ। ਸੁੱਚੀ ਰਾਊਂਡ, ਪਪਲੂ, ਜੋਕਰ, ਤਿੱਸਰ, ਸਰਾਂ, ਫਿਰ ਨੰਬਰਾਂ ਦਾ ਜਮ੍ਹਾਂ ਮਨਫੀ ਹੋਣਾ, ਕਾਗਜ਼ ਕਲਮ ਦਾ ਮਿਲਾਪ, ਨਵੀਆਂ ਅੱਖਾਂ, ਨਵੀਆਂ ਆਵਾਜ਼ਾਂ, ਨਵੇਂ ਮਸ਼ਵਰੇ, ਨਵੀਆਂ ਸਲਾਹਾਂ। ਇਹਨਾਂ ਦਫ਼ਤਰੀ ਲੋਕਾਂ ਦੀ ਜ਼ਿੰਦਗੀ ਦਾ ਤਾਸ਼ ਵੀ ਇੱਕ ਹਿੱਸਾ ਹੈ, ਢਿੱਡ ਲਈ ਨੌਕਰੀ ਨਾਲ ਜੁੜਿਆ ਹੋਇਆ। ਸਵੇਰ ਸਾਰ ਸੂਰਜ ਦੀ ਲਾਲੀ ਤੋਂ ਪਹਿਲਾਂ ਘਰੋਂ ਨਿਕਲ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੌਕਰੀ ਲਈ ਜਾਣਾ, ਰੋਜ਼ ਗੱਡੀਆਂ ਦੀ ਉਡੀਕ, ਰੋਜ਼ ਗੱਡੀਆਂ ਦਾ ਸਫ਼ਰ, ਰੋਜ਼ ਗੱਡੀ ਮਿਲਣ ਨਾ ਮਿਲਣ, ਭੀੜ ਭੜੱਕੇ ਦੀਆਂ ਗੱਲਾਂ, ਰੋਜ਼ ਭੀੜਾਂ ਦੇ ਧੱਕੇ, ਧਿੰਗੋ ਜੋਰੀ ਡੱਬਿਆਂ 'ਚ ਘੁੱਸਣਾ, ਜੇ ਪੈਰ ਪਸਰ ਜਾਣ ਤਾਂ ਤਾਸ਼ ਦਾ ਸ਼ੁਗਲ ਮੇਲਾ, ਜੇ ਨਹੀਂ ਤਾਂ ਦਫ਼ਤਰਾਂ ਦੀਆਂ ਗੱਲਾਂ, ਸ਼ਿਕਾਇਤਾਂ, ਨਿੰਦਿਆ, ਚੁਗਲੀ। ਵੱਖੋ ਵੱਖ ਦਫ਼ਤਰਾਂ, ਵੱਖੋ ਵੱਖ ਡਿਪਾਰਟਮੈਂਟਸ 'ਚ ਹੁੰਦਿਆਂ ਵੀ ਸਾਰਿਆਂ ਦਾ ਇੱਕੋ ਟੌਪਿਕ, ਇੱਕੋ ਰੁਝਾਨ, ਇੱਕੋ ਸੰਸਥਾ ਦੇ ਹਿੱਸੇ ਹੋਣ। ਜਿਵੇਂ ਅੱਡੋ ਅੱਡ ਸਟੇਸ਼ਨਾਂ 'ਤੇ ਚੜ੍ਹ ਕੇ ਵੀ ਅਮੁੱਕ ਸਾਂਝ, ਆਪਣਤ, ਵਣ ਦੇ ਪੰਛੀਆਂ ਦੀ ਇੱਕ ਬੋਲੀ, ਇੱਕੋ ਲੈ, ਇੱਕੋ ਸੰਗੀਤ। ਦਫ਼ਤਰਾਂ ਸਕੂਲਾਂ 'ਚੋਂ ਨਿਕਲ ਸਟੇਸ਼ਨਾਂ ਵੱਲ ਦੌੜਨਾ, ਗੱਡੀਆਂ ਉਡੀਕਣਾ, ਧੱਕੇ, ਭੀੜ, ਬੈਸਾਂ, ਸੂਰਜ ਦੇ ਉਦੈ ਅਤੇ ਅਸਤ ਹੋਣ ਦਾ, ਇਹਨਾਂ ਸਾਰਿਆਂ ਦਾ ਇੱਕੋ ਕਰਮ, ਇੱਕੋ ਕਿਰਿਆ ਹੋਏ। ਜਿਵੇਂ ਗੱਡੀ ਤੇਜ਼ ਚਾਲ ਆਪਣੀ ਮੰਜ਼ਿਲ ਵੱਲ ਦੌੜਦੀ ਰਹੀ, ਜਨਾਨਾ ਛੋਟੇ ਡੱਬੇ ਦੇ ਬਾਹਰ ਵੀ ਭੀੜ ਵਿੱਚ ਰੌਲਾ ਮੱਚਿਆ, ਸੈਂਕੜੇ ਚੀਕਾਂ ਇਕੱਠੀਆਂ ਹੀ ਗੱਡੀ ਦੀਆਂ ਚੀਕਾਂ 'ਚ ਰਲ ਗਈਆਂ, ਸਵਾਰੀਆਂ 'ਚ ਫੜਾ ਦਫੜੀ ਮੱਚ ਗਈ। ਕਿੰਨੇ ਹੀ ਸਿਰ ਬਾਰੀਆਂ 'ਚੋਂ ਬਾਹਰ ਉੱਡੇ,
ਡੱਬੇ ਦੇ ਬੂਹੇ ਦੀ ਰੋਡ ਨਾਲ ਲਟਕਦਾ ਇੱਕ ਨੌਜਵਾਨ ਹਵਾ 'ਚ ਉੜਦਾ ਕਟੀ ਪਤੰਗ ਵਾਂਗ ਡੋਲਦਾ ਪੱਟੜੀ ਤੋਂ ਪਰਾਂ ਜਾ ਡਿੱਗਿਆ। ਉਹਦੀ ਜ਼ਿੰਦਗੀ ਦੀ ਡੋਰ ਟੁੱਟ ਗਈ। ਡੱਬੇ 'ਚੋਂ ਵੱਖੋ ਵੱਖ ਆਵਾਜ਼ਾਂ ਉੱਭਰੀਆਂ, ਅਜਾਈਂ ਗਵਾਈ ਜਾਨ, ਜਵਾਨੀ ਦਾ ਉੱਬਲਦਾ ਖੂਨ। ਅੱਜ ਕੱਲ੍ਹ ਦੇ ਨੌਜਵਾਨ ਸੁਣਦੇ ਕਿੱਥੇ ਨੇ, ਕਿਸੇ ਦੀ ਆਪਣੀ ਮਨ ਚੇਤਾਈ ਕਰਕੇ ਛੱਡਦੇ ਨੇ। ਅਟੈਂਡੈਂਟ ਨੇ ਕਿੰਨੀ ਵਾਰੀ ਉਹਨੂੰ ਅੰਦਰ ਆਉਣ ਲਈ ਕਿਹਾ ਵੀ ਸੀ, ਪਰ ਉਸ ਹਥਲਾ ਬੈਗ ਅੰਦਰ ਬਾਰੀ ਕੋਲ ਬੈਠੀ ਸਵਾਰੀ ਕੋਲ ਫੜਾ ਆਪ ਰੋਡ ਫੜੀ ਖਲੋਤਾ ਰਿਹਾ ਸੀ ਅਤੇ ਗੱਡੀ ਦੀ ਤੇਜ਼ ਗਤੀ ਰੁਕੀ। ਲੋਕ ਛਾਲਾ ਮਾਰ ਕੇ ਉਤਰੇ। ਅਟੈਂਡੈਂਟ ਨੇ ਉਹਦੇ ਬੈਗ 'ਚੋਂ ਐਡਰੈਸ ਕੱਢਿਆ ਅਤੇ ਕਿੰਨੀ ਵਾਰੀ ਸੁਣਾਇਆ, ਪਰ ਕੋਈ ਨਹੀਂ ਸੀ ਜਾਣਦਾ। ਕਿਸੇ ਦਾ ਜੁੰਡਲੀਦਾਰ ਨਹੀਂ ਸੀ। ਪੁਲਿਸ ਵੀ ਪਹੁੰਚੀ। ਗੱਡੀ ਹੌਲੀ ਹੌਲੀ ਰੀਂਗਦੀ ਫਿਰ ਤੇਜ਼ ਹੋ ਗਈ। ਤਾਸ਼ ਟੋਲੀ ਵਿੱਚ ਵੀ ਹਲਚਲ ਮਚੀ ਸੀ। ਹਥਲੀ ਬਾਜੀ ਅਣਖੇਡੀ ਰਹਿ ਗਈ। ਲੋਕ ਆਪੋ ਆਪਣੀ ਥਾਂ ਫਿਰ ਬੈਠ ਖਲੋ ਗਏ। ਤਾਸ਼ ਦੇ ਪੱਤੇ ਫਿਰ ਫੈਂਟੇ ਜਾਣ ਲੱਗੇ। ਚਲੋ ਛੱਡੋ ਯਾਰ, ਆਪਣਾ ਮੂਡ ਕਾਹਨੂੰ ਖਰਾਬ ਕਰਨਾ। ਹੁਣ ਕੋਈ ਆਪਣੀ ਮੌਤ ਆਪ ਮੁੱਲ ਲਈ ਸੀ। ਆਪਣਾ ਡੀਪੀ ਨਹੀਂ, ਆਪਣਾ ਡੀਪੀ ਹੁੰਦਾ ਤਾਂ ਟੁਰਨ ਦੇਣੀ ਸੀ ਅਸੀਂ ਗੱਡੀ। ਰੋਜ਼ ਮਰਦੀ ਇਹੋ ਜਿਹੀ ਦੁਨੀਆ, ਕਿਧਰੇ ਕੋਈ ਫਰਕ ਨਹੀਂ ਪੈਂਦਾ, ਕਿਧਰੇ ਕੋਈ ਘਾਟਾ ਨਹੀਂ ਹੁੰਦਾ, ਉਸੇ ਚਾਲੇ ਤੁਰਦੀ ਰਹਿੰਦੀ ਦੁਨੀਆ। ਬਰੀਫ ਕੇਸ ਵਾਲੇ ਮੁੰਡੇ ਨੇ ਤਾਸ਼ ਜ਼ੋਰ ਜ਼ੋਰ ਦੀ ਫੈਂਟ ਦੇ ਕਿਹਾ। ਤਾਸ਼ ਫਿਰ ਵੰਡੀਣ ਲੱਗੀ। ਬਾਜ਼ੀਆਂ ਫਿਰ ਗਰਮ ਹੋਈਆਂ। ਜੋਕਰ, ਪਪਲੂ, ਤਿੱਸਰ, ਰਾਊਂਡ। ਧੰਨਵਾਦ। ਚੱਲਦਾ।